ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਬਾਈ ਦਾ ਬਲੌਗ। ਕੀ ਨਾਮ ਆ ਬਾਈ ਤੁਹਾਡਾ? ਮਿੱਤਰੋ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਅਤੇ ਇੱਧਰ ਆਪਣਾ ਸ਼ੈਲੀ ਡੋਨ, ਇਹ ਸਾਡਾ ਪਰਸੋਂ ਦਾ ਇੱਕ ਇੱਕ ਕੱਪੜੇ ਪਾਈ ਫਿਰਦਾ। ਅੱਜ ਵਿਆਹੂਗਾ, ਕੋਟ ਪੈਂਟ ਪਾਊਗਾ ਇਹ ਅੱਜ। ਅਤੇ ਮਤਲਬ ਹੈ ਨਾ, ਐਨ ਘੈਂਟ ਕੰਮ ਇਹਦਾ। ਅੱਜ ਕੀ ਪਾਉਣਾ ਫਿਰ ਬੋਲ ਕੇ ਦੱਸ। ਪੈਂਟ ਸ਼ਰਟ, ਪੈਂਟ ਸ਼ਰਟ ਪਾਉਣਾ ਇਹਨੇ। ਕੱਲ ਨੂੰ ਕੀ ਪਾਉਣਾ? ਹੈਂ, ਪੈਂਟ ਕੋਟ ਪਾਉਣਾ। ਅਤੇ ਅੱਜ ਆਪਾਂ ਹੁਣ ਵਿਆਹ ਵਾਲੇ ਘਰੇ ਗੇੜਾ ਮਾਰ ਕੇ ਆਈਏ। ਅਤੇ ਚੱਲ ਹੁਣ ਆਪਾਂ ਨਾਲੇ ਬਲੌਗ ਜਿਹਾ ਸ਼ੂਟ ਕਰਕੇ ਆਉਂਦੇ ਹਾਂ। ਮੁੰਨੀ ਬਦਨਾਮ ਹੋਈ। ਅਤੇ ਇੱਧਰ ਮਤਲਬ ਸੰਤ ਹੋ ਰਿਹਾ। ਅਤੇ ਆਹ ਚੱਲਿਆ ਸਕੂਲ, ਅਬਦੁੱਲਾ ਸਕੂਲ ਚੱਲਿਆ। ਹੈਲੋ, ਸਕੂਲ ਚੱਲਿਆ। ਅਤੇ ਆ ਇਹਦਾ ਭਾਈ ਜੂਨਸ। ਹੈਲੋ। ਅਤੇ ਆ ਬੈਠੀ ਇੱਧਰ ਅਮੰਗਾ ਅੰਕਲ। ਅਤੇ ਇੱਧਰ ਮਤਲਬ ਹੈ ਨਾ, ਆ ਹੀ ਵਿਆਹ ਵਾਲਾ ਘਰ। ਅਤੇ ਵੈਸੇ ਮੈਂ ਹੁਣ ਕੱਪੜੇ ਮੇਰੇ ਪਾਏ ਨਹੀਂ ਹੋਏ ਵਧੀਆ, ਨਾ ਮੇਰੇ ਪੱਗ ਬੰਨੀ ਆ। ਫਿਰ ਵੀ ਆਪਾਂ ਬਲੌਗ ਸ਼ੂਟ ਕਰਨ ਆ ਗਏ ਹਾਂ। ਇੱਧਰ ਦਿਖਾਉਂਦੇ ਹਾਂ ਭਾਜੀ, ਸਤਿ ਸ਼੍ਰੀ ਅਕਾਲ। ਇੱਧਰ ਦਿਖਾਉਂਦੇ, ਹੈਲੋ। ਮਲਾਲਾ ਹੱਥ ਮਲਾ। ਅਤੇ ਹੈ ਨਾ, ਇਹ ਸੰਘ ਦਾ ਵਿਚਾਰਾ। ਅਤੇ ਇੱਧਰ ਅੰਧੇਰਾ ਫਰੀ ਫਾਇਰ ਕਿੱਥੇ ਆ? ਅੰਧੇਰਾ ਫਰੀ ਫਾਇਰ, ਅੰਧੇਰਾ ਫਰੀ ਫਾਇਰ ਪੋਚਾ ਲਾਉਂਦੇ ਨੇ ਉਧਰ ਲੱਗਿਆ ਹੋਇਆ ਆਪਣੇ ਹੈ ਨਾ ਹਲਵਾਈ। ਤੇ ਹਾਂ ਜੀ, ਹਾਂ, ਤੁਹਾਡੀ ਵੀ ਪਾਤੀ ਕੱਲ ਆਪਾਂ, ਕੱਲ ਪਾਤੀ ਸੀ ਯੂਟਿਊਬ ਤੇ। ਇਹ ਸੁਨੇਹੇ ਦਿੰਦੇ ਫਿਰਦੇ ਨੇ। ਅਤੇ ਇੱਧਰ ਆਪਣਾ, ਇੱਧਰ ਨਵੀਂ ਬਾਈ ਆਪਣਾ, ਅਤੇ ਆਪਣਾ ਕਿੰਨੂ ਵੀਰ ਹੈ ਨਾ। ਅਤੇ ਇੱਧਰ ਲੱਗੂਗਾ ਅੱਜ ਹਲਵਾਈ। ਚਾਨਣੀਆਂ ਦੇਖੀ, ਚਾਨਣੀਆਂ ਬੰਨ ਦਿੱਤੀਆਂ ਨੇ। ਅਤੇ ਆਹ ਪਿਆ ਸਮਾਨ, ਅੱਜ ਕੱਢਣੇ ਨੇ ਪਕੌੜੇ, ਕਿਉਂਕਿ ਅੱਜ ਹੈਗਾ ਮੇਲ ਇਹਨਾਂ ਦੇ। ਅਤੇ ਅੱਜ ਆਪਾਂ ਕੱਢਾਂਗੇ ਇਹਨਾਂ ਦੇ ਪਕੌੜੇ, ਅਤੇ ਮੇਲ ਆ ਕਿਉਂਕਿ। ਅਤੇ ਹੈ ਨਾ, ਜਿੰਨੇ ਵੀ ਆਪਣੇ ਉਹ ਦੇਣ ਆਉਂਦੀਆਂ ਹੁੰਦੀਆਂ ਨੇ ਹੈ ਨਾ, ਆਪਣੇ ਮਾਂਜਾ ਮਾਂਜੇ ਵਾਸਤੇ, ਤੇ ਮਾਂਜੇ ਵਾਸਤੇ ਹੈ ਨਾ, ਵੀ ਜਿੰਨੀਆਂ ਆਉਂਦੀਆਂ ਨੇ ਉਹਨਾਂ ਨੂੰ ਪਕੌੜੇ ਚਲਾਉਣੇ ਨੇ। ਅਤੇ ਇੱਧਰ ਆਪਣਾ ਜਸਕਰਨ ਖੜਾ, ਅਤੇ ਹੈ ਨਾ, ਲੈ ਆਪਣਾ ਇੰਸਟਾਗ੍ਰਾਮ ਕੱਢ। ਅਤੇ ਆਹ ਇਹਦਾ ਇੰਸਟਾਗ੍ਰਾਮ ਆ, ਪ੍ਰੋਫਾਈਲ ਕੱਢ ਪ੍ਰੋਫਾਈਲ। ਅਤੇ ਆਹ ਹੈ ਬਾਈ ਜਸਕਰਨ ਅੰਡਰਸਕੋਰ PV26। ਅਤੇ ਆਹ ਮੁੰਡਾ ਬਾਈ ਮੁੰਡਾ, ਇਹਨੂੰ ਫੋਲੋ ਜ਼ਰੂਰ ਕਰ ਲਿਓ, ਠੀਕ ਆ? ਅਤੇ ਫੋਲੋ ਜ਼ਰੂਰ ਕਰ ਲਿਓ। ਅਤੇ ਇਹਦੀ ਆਪਾਂ ਹੁਣ ਪਾਵਾਂਗੇ, ਆਪਾਂ ਮਤਲਬ ਥੱਲੇ ਬਾਇਓ 'ਚ ਮੈਂਸ਼ਨ ਕਰਾਂਗੇ। ਫਿਲਹਾਲ ਦੇਰਾ ਫਰੀ ਫਾਇਰ, ਅਤੇ ਆਪਾਂ ਹੁਣ ਇਹਦੇ ਨਾਲ ਚੱਲੇ ਹਾਂ। ਕੀ ਲੈਣ ਚੱਲੇ ਹਾਂ ਦੱਸੋ ਬਾਈ? ਚੱਲੇ ਆਪਾਂ ਬੋਰੀਆਂ ਲੈਣ। ਅਤੇ ਇੱਧਰ ਹੈ ਨਾ, ਪਹਿਲਾਂ ਮਫਲਰ ਮੁਫਲਰ ਮਫਲਰ ਐਂ ਲਪੇਟ ਕੇ ਚਲੇ ਆਵਾਂਗੇ। ਅਤੇ ਆ ਜਾ ਅੰਦਰ, ਅਤੇ ਤੁਹਾਨੂੰ ਅੰਦਰ ਦਿਖਾਉਂਦੇ ਹਾਂ। ਆਹ ਬੈਠਾ, ਆਹ ਖੜਾ, ਅਤੇ ਮਤਲਬ ਹੈ ਨਾ, ਹੁਣ ਵਾਲ ਆਪਾਂ ਕੰਘਾ ਕੁੰਘਾ ਕਰਦੇ ਹਾਂ, ਅਤੇ ਵਾਲ ਕੰਘੀ ਕੁੰਘੀ ਕਰਦੇ ਹਾਂ, ਅਤੇ ਫਿਰ ਆਪਾਂ ਮਤਲਬ ਹੈ ਨਾ
ਤੁਹਾਨੂੰ ਮੈਂ ਆਪਣੀ ਲੁੱਕ ਦਿਖਾਉਣਾ। ਆ ਦੇ ਮੈਂ ਵੀ ਵਲੌਗ ਸ਼ੂਟ ਕਰਨ ਚਲੇ ਗਿਆ ਅਤੇ ਮੇਰੀ ਆ ਦੇ ਅਤੇ ਐਵੇਂ ਵਲੌਗ ਸ਼ੂਟ ਕਰਨ ਚਲੇ ਗਿਆ ਅਤੇ ਹੁਣ ਆਪਾਂ ਮਤਲਬ ਹੈ ਨਾ ਕੰਘੀ ਦਿਖਾਉਂਦੇ ਹਾਂ। ਅਤੇ ਬਾਈ ਇੱਕ ਹੋਰ ਚੀਜ਼ ਦਿਖਾਉਣੀ ਆ, ਆਹ ਦੇਖੋ ਰਫਲੀਜਾ ਪਰਨਾ ਬੰਨ ਲਿਆ ਕਿਉਂਕਿ ਇਹਨਾਂ ਨੂੰ ਕਾਲੀ ਸੀਗੀ ਅਤੇ ਆਪਾਂ ਰਫਲੀਜਾ ਪਰਨਾ ਬੰਨ ਲਿਆ ਏ ਅਤੇ ਹੁਣ ਆਪਾਂ ਪਾਉਂਦੇ ਹਾਂ ਜੈਕਟ ਅਤੇ ਜੈਕਟ ਅਤੇ ਮਿੱਤਰੋ ਜੈਕਟ ਆਪਾਂ ਪਾ ਲਈ ਹੈ ਅਤੇ ਲੈਂਦੇ ਆਪਾਂ ਪੈਸੇ ਅਤੇ ਪੈਸੇ ਲੈ ਕੇ ਬੋਰੀਆਂ ਲੈ ਕੇ ਆਉਣੀਆਂ ਨੇ ਅਤੇ ਹੈ ਨਾ ਆਹ ਫੜਦੇ ਅਤੇ ਹਾਂਜੀ ਹੁਣ ਆਪਾਂ ਚੱਲੇ ਹਾਂ ਬੋਰੀਆਂ ਲੈਣ ਅਤੇ ਪਹਿਲਾਂ ਮਾਰਦੇ ਹਾਂ ਮੋਟਰਸਾਈਕਲ ਦੀ। ਆ ਜਾ ਬਾਈ ਪਹਿਲਾਂ ਮਾਰਦੇ ਹਾਂ ਮੋਟਰਸਾਈਕਲ ਦੀ ਹੈ ਨਾ ਕਿੱਕ ਫਿਰ ਆਪਾਂ ਚੱਲਦੇ ਹਾਂ। ਅਤੇ ਬਾਈ ਹੈ ਨਾ ਜਿਹੜੇ ਮੈਨੂੰ ਨਾ ਉਹ ਕਹਿੰਦੇ ਨੇ ਨਾ ਵੀ ਤੂੰ ਆਹ ਕੀ ਖੁਦੂ ਕੰਮ ਕਰਦਾ ਤੂੰ ਤਾਂ ਪਾਗਲ ਆ ਹੈ ਨਾ, ਮੈਂ ਉਹਨਾਂ ਦੀ ਮਤਲਬ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਵੀ ਜੀ ਤੋਂ ਬਣ ਨਹੀਂ ਹੁੰਦਾ ਉਹ ਸੜਦੇ ਮੇਰੇ ਤੋਂ ਹੈ ਨਾ, ਸਿੱਧੂ ਬਾਈ ਵੀ ਕਹਿਣਾ ਹੁੰਦਾ ਸੀ ਵੀ ਜੀ ਤੋਂ ਬਣ ਨਹੀਂ ਹੁੰਦਾ ਉਹ ਸੜਦੇ ਮੇਰੇ ਤੋਂ, ਕੀ ਫਾਇਦੇ ਅਤੇ ਖਬਰਾਂ ਨੇ ਕੱਢਦੇ ਮੇਰੇ ਤੋਂ। ਅਤੇ ਆ ਜਾ ਲੈ ਜਾ ਬਾਈ ਅਤੇ ਹੁਣ ਆਪਾਂ ਚੱਲੇ ਹਾਂ ਮਤਲਬ ਹੈ ਨਾ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕੀ ਕੁਝ ਬਣਦਾ। ਪੜਾਕਾ ਹਲੇ ਨਹੀਂ ਠੰਡਾ ਅਤੇ ਹੁਣ ਆਪਾਂ ਇੱਥੇ ਚੱਲੇ ਹਾਂ ਮਤਲਬ ਹੈ ਨਾ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਬੋਰੀਆਂ ਬਾਰੀਆਂ ਲੈ ਕੇ ਆਉਂਦੇ ਹਾਂ ਅਤੇ ਉੱਥੇ ਤੁਹਾਨੂੰ ਮਿਲਦੇ ਹਾਂ ਜਾ ਕੇ। ਅਤੇ ਮਤਲਬ ਸਾਡੇ ਪਿੰਡ ਮਿਲਦੇ ਨੇ ਬੋਰੇ ਅਤੇ 20 ਰੁਪਏ ਦਾ ਇੱਕ ਬੋਰਾ ਹੈ ਨਾ, ਉਹਨਾਂ ਨੇ ਥੱਲੇ ਰੱਖਣ ਨੂੰ ਲੈਣੇ ਸੀਗੇ ਪੈਰਾਂ ਦੇ ਹੈ ਨਾ ਮੈਟ ਅਤੇ ਉੱਥੇ ਜਾ ਕੇ ਮਿਲਦੇ ਹਾਂ। ਸਾਰੇ ਖੜ੍ਹੇ ਨੇ ਆ ਜਸਕਰ ਖੜ੍ਹਾ ਆਪਣਾ ਅਤੇ ਆ ਸ਼ਹਿਬਾਜ਼ ਅਤੇ ਅਰਸ਼ ਅਤੇ ਨਵੀ ਬਾਈ ਅਗਤਾਇਆ ਜੀ ਨੇ ਬਾਲੀ ਬੱਕੀ ਕਿਵੇਂ ਬੱਕੀ ਬੱਕੀ ਬਾਲੀ ਮਿਰਜੇ ਦੀ ਬੱਕੀ ਅਤੇ ਹੈ ਨਾ ਸ਼ਹਿਬਾਜ਼ ਆਪਾਂ ਬਲੌਗ ਬਣਾਉਣੇ ਵੀਰ ਹਾਂ ਬਾਈ ਸੀ ਗੋਹਾ ਚੱਕਣਾ ਦੇਗੇ ਚੱਕਣ ਆਇਆ ਗੁਰਦੁਆਰੇ ਦੇਗੇ ਛੱਡ ਕੇ ਆਉਣੇ ਨੇ ਕਹਿੰਦਾ ਅਤੇ ਗੁਰੂ ਘਰ ਦੇਗੇ ਛੱਡ ਕੇ ਆਉਣੇ ਨੇ ਇਹਨੇ ਅਤੇ ਇੱਧਰ ਬਾਈ ਜਿਹੜਾ ਪਹਿਲੇ ਲੱਡੂ ਵਰਤਾ ਸੀਗਾ ਅਤੇ ਆਹ ਨਵਾਂ ਬੰਦਾ ਆਪਣਾ ਹੋਰ ਵਧੀਆ ਵਧੀਆ ਪ੍ਰਾਹੁਣਾ ਸਾਹਿਬ ਜੀ ਹੈ ਅਤੇ ਇੱਧਰ ਬਾਬਾ ਜੀ ਦਾ ਸਰੂਪ ਹੰਸਾਲ ਜਿਹੜੇ ਮਹਾਂਪੁਰਖਾਂ ਦਾ ਸੀ ਬਹੁਤ ਮੰਨਦੇ ਇਹਨਾਂ ਨੂੰ ਹੈ ਨਾ ਅਤੇ ਆਹ ਮਤਲਬ ਮੇਰੇ ਛੋਟੇ ਹੁੰਦੇ ਦੀ ਫੋਟੋ ਤੁਹਾਨੂੰ ਦਿਖਾਉਣਾ ਆਹ ਦੇ ਆਹ ਪਹਿਲੇ ਨੰਬਰ 'ਤੇ ਵੀ ਮੈਂ ਆ ਜਿਹੜੀ ਥੱਲੇ ਵਾਲੀ ਫੋਟੋ ਆ ਜਦ ਮੈਂ ਹੋਇਆ ਸੀ ਜਦ ਅਤੇ ਆਹ ਮੇਰੇ ਭਾਈ ਦੇ ਨਾਲ ਅਤੇ ਆਹ ਮੈਂ 2 ਸਾਲ ਦਾ ਸੀ ਅੱਗ ਗੁਰਦੁਆਰਾ ਸਾਹਿਬ ਦੀ ਇੱਧਰਲੀ ਸਾਈਡ ਦੇ ਉੱਤੇ ਪਟਕਾ ਬੰਨਿਆ ਹੋਇਆ ਅਤੇ ਹੈ ਨਾ ਆਹ ਤਾਂ ਪਿਛਲੇ ਸਾਲ ਦੀ ਵਾ ਜਿਹੜੀ ਗੱਬੇ ਫੋਟੋ ਆ ਉਹ ਪਿਛਲੇ ਸਾਲ ਦੀ ਆ ਸੈਂਸਰ ਕਰ ਦੇਣੇ ਆਪਾਂ ਇਹ ਬੀਪ ਲਾ ਦੇਵਾਂਗੇ ਹੈ ਨਾ ਅਤੇ ਹਾਂ ਮੇਰੇ ਤੋਂ ਕੰਮ ਕਰਾਉਂਦੇ ਨੇ ਸੈਂਸਰ ਕਰ ਦਾਂਗੇ ਗੰਦੀਆਂ ਗਾਲਾਂ ਕੱਟਦੇ ਨੇ ਗਾਣੇ ਸੁਣਾਓ ਇਹਨਾਂ ਨੂੰ ਠੁਮਕੇ ਜੀ ਮਿੱਤਰੋ ਗੱਡੀ ਆਪਾਂ ਕਰਤੀ ਆ ਸਾਫ ਅਤੇ ਐਨ ਹੈ ਨਾ ਚਮਕਾਤੀ ਅਤੇ ਹੁਣ ਮਤਲਬ ਆਪਾਂ ਹਲੇ ਰੈਡੀ ਹੋਏ ਸੀਗੇ ਨਾ ਤੋਂ ਲਏ ਤੀ ਕਿ ਖੰਨੇ ਜਾਣਾ ਸੀਗਾ ਲਹਿੰਗਾ ਲੈਣ ਹੈ ਨਾ ਅਤੇ ਇਹ ਆਪਾਂ ਲੈ ਕੇ ਆਏ ਹਾਂ ਹੈ ਨਾ ਅਤੇ ਪੋਕਟ ਸਪਰੇ ਆ ਪੋਕਟ ਪਰਫਿਊਮ ਵਧੀਆ ਇਹ ਅਤੇ ਮਤਲਬ ਹੈ ਨਾ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ
ਤੇ ਹਾਲੇ ਮੇਰੀ ਲੁੱਕ ਦੇਖ ਲਓ, ਚੱਪਲਾਂ 'ਚ ਫਿਰਦਾ ਮੈਂ ਅਤੇ ਹੈ ਨਾ, ਚੱਪਲਾਂ 'ਚ ਫਿਰਦਾ, ਪਰ ਹੁਣ ਆਪਾਂ ਹੋਵਾਂਗੇ ਰੈਡੀ ਸ਼ੈਡੀ ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਸਾਡੀ ਟੋਰ ਬਣਦੀ ਆ ਕਿ ਨਹੀਂ ਬਣਦੀ। ਇੱਧਰ ਆਪਣੇ ਅੰਧੇਰਾ ਫਰੀ ਫਾਇਰ ਅਤੇ ਅੰਧੇਰਾ ਫਰੀ ਫਾਇਰ ਅੰਧੇਰਾ ਫਰੀ ਫਾਇਰ ਅਤੇ ਇੱਧਰ ਆਪਣੇ ਭਾਅ ਜੀ ਖੜ੍ਹੇ ਨੇ ਅਤੇ ਮਤਲਬ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ, ਹੱਥ ਦੁਖਣ ਲੱਗ ਜਾਂਦੇ ਹੱਸ ਦਿਓ ਹਾਲੇ। ਅਤੇ ਹਾਲੇ ਤਾਂ ਬਾਈ ਮੈਂ ਦੇਖੋ ਚੱਪਲਾਂ 'ਚ ਫਿਰਦਾ, ਉਹ ਵੀ ਕੰਮ ਕੁੰਮ ਕਰਾਉਣਾ ਹਾਲੇ, ਹੈ ਨਾ ਜੀ, ਹੁਣੇ ਆਪਾਂ ਟੋਲ ਟਾਰ ਕੱਢਣ ਲੱਗ ਗਏ ਪਰ ਕੰਮ ਨਹੀਂ ਹੋਣਾ। ਅਤੇ ਹੁਣ ਤੁਹਾਨੂੰ ਹੈ ਨਾ ਤੁਹਾਨੂੰ ਮਤਲਬ ਹੈ ਉੱਧਰ ਦਿਖਾਉਂਦੇ ਹਾਂ, ਹਲਵਾਈ ਕੋਲ ਜਾਂਦੇ ਹਾਂ ਅਤੇ ਆਪ ਦੁੱਲਾ ਹੈ ਓਏ, ਤੂੰ ਗਾਲ ਕੱਢ ਦੇਣਾ, ਗਾਲ ਕੱਢ ਦੇਣਾ, ਗਾਲ ਕੱਢ ਦਿਉਂਦਾ ਉਹਨਾਂ ਨੂੰ, ਗਾਲ ਕੱਢੀ, ਗਾਲ ਕੱਢ ਗਾਲ ਕੱਢ ਗਾਲ ਆ ਦੇ। ਅਤੇ ਹੈ ਨਾ ਹਾਲੇ ਤਾਂ ਮੈਂ ਚੱਪਲਾਂ 'ਚ ਆ ਫਿਲਹਾਲ, ਅਤੇ ਆਪਾਂ ਲੈ ਕੇ ਆਏ ਹਾਂ ਡੈਸ਼। ਅਤੇ ਬਾਈ ਹੈ ਨਾ ਕੁਝ ਹੇਟਰਸ ਹੁੰਦੇ ਨੇ ਸਾਰਿਆਂ ਦੇ, ਹੈ ਨਾ ਜੇ ਕੋਈ ਬੰਦਾ ਸਟਾਰਟ ਕਰਦਾ ਕੋਈ ਵੀ ਕੰਮ, ਹੈ ਨਾ ਹੇਟਰਸ ਕਰਦੇ ਨੇ, ਤੁਹਾਨੂੰ ਪਤਾ ਹੀ ਆ, ਹੈ ਨਾ ਮੱਚਦੇ ਨੇ ਲੋਕ, ਅਤੇ ਆਪਾਂ ਇਹੀ ਮਚਾਉਣੇ ਨੇ ਰੱਬ ਦੇ ਖੁਸ਼ ਰੱਖੇ, ਸੁੱਖ ਰੱਖੇ ਆਪਾਂ ਨੂੰ, ਹੈ ਨਾ। ਅਤੇ ਚੱਲ ਜਿਹੜੇ ਮੱਚਦੇ ਨੇ ਰੱਬ ਉਹਨਾਂ ਦਾ ਵੀ ਭਲਾ ਕਰੇ, ਸਾਰਿਆਂ ਦਾ ਭਲਾ ਕਰੇ, ਹੈ ਨਾ। ਅਤੇ ਆਪਾਂ ਤਾਂ ਬਾਈ ਭਲਾ ਹੀ ਮੰਗਦੇ ਹਾਂ ਸਾਰਿਆਂ ਦਾ, ਬਾਕੀ ਜਿਹੜੇ ਦੋ ਤਿੰਨ ਜਾਣੇ ਨੇ ਹੈ ਨਾ ਸਾਰੇ ਪਿੰਡ 'ਚ ਹੁੰਦੇ ਨੇ ਇਹ ਲੱਤਾਂ ਖਿੱਚਣ ਵਾਲੇ ਕਹਿ ਸਕਦੇ ਤੁਸੀਂ, ਅਤੇ ਲੱਤਾਂ ਖਿੱਚਦੇ ਨੇ ਇਹ। ਅਤੇ ਬਾਈ ਸਿੱਧੀ ਜਿਹੀ ਗੱਲ ਆ ਆਪਣੀ, ਹੈ ਨਾ ਤੁਸੀਂ ਬਲੋਕ ਤੋਂ ਨਫ਼ਰਤ ਆ ਤੁਹਾਨੂੰ ਐਂ ਚੱਲਣਗੇ, ਮੇਰਾ ਮੋਬਾਇਲ ਯਾਰ ਮੇਰੀ ਜ਼ਬਾਨ ਮੇਰੇ ਹੱਥ, ਮੈਂ ਜਿਹੜਾ ਕੋਈ ਮਰਜ਼ੀ ਕਰੀ ਆ ਮੈਂ ਤੁਹਾਨੂੰ ਕਾਹਤੋਂ ਮੱਚਦੀ ਆ, ਬਲੋਗ ਐਵੇਂ ਹੀ ਕੰਟੀਨਿਊ ਹੁੰਦੇ ਰਹਿਣਗੇ, ਕੋਈ ਕਰ ਲਵੇ ਜਿਹੜਾ ਕੁਛ ਕਰਦਾ। ਹਾਂਜੀ ਮਿੱਤਰ, ਹੁਣ ਆਪਾਂ ਧਰੀ ਆ ਚਾਹ ਅਤੇ ਪੀਂਦੇ ਹਾਂ ਚਾਹ ਚੂਹ, ਅਤੇ ਇੱਧਰ ਬਾਪੂ ਆਉਣਾ, ਫਿਰ ਜਾਵਾਂਗੇ ਮਲੇਰਕੋਟ ਲੈਣ ਦਾ ਸਮਾਨ ਜਿਹਾ ਲੈ ਕੇ ਆਉਣਾ। ਅਤੇ ਹੈ ਨਾ ਹੁਣ ਆਪਾਂ ਚਾਹ ਧਰੀ ਆ, ਅਤੇ ਇੱਧਰ ਆਹ ਤੂੰ ਹੀ ਕਰਦਾ ਹੋਇਆ ਜਨਾਬਾਂ ਤੇਰੇ ਪੈਰਾਂ 'ਚ, ਉੱਤੋਂ ਤੂੰ ਨੰਗਾ ਹੈ, ਚੰਗੀ ਵਾਲੀ ਤੂੰ ਸੋਹਣੀ ਪੱਗ ਬੰਨੀ ਤੀ। ਅਤੇ ਹਾਂਜੀ ਮਿੱਤਰੋ, ਹੁਣ ਆਪਾਂ ਚੱਲੇ ਹਾਂ ਮਤਲਬ ਮਠਿਆਈ ਲੈਣ ਮਰੇਕੋਟ ਲਈ, ਅਤੇ ਨਾਲ ਵੀਰਾ ਪਿੱਛੇ ਬੈਠਾ, ਅਤੇ ਹੈ ਨਾ ਹੁਣ ਆਪਾਂ ਜਾਂਦੇ ਹਾਂ, ਅਤੇ ਤੁਹਾਨੂੰ ਆਪਣਾ ਸਕੂਲ ਵੀ ਦਿਖਾਵਾਂਗੇ ਜਿਹੜੇ ਸਕੂਲ 'ਚ ਮੈਂ ਪੜ੍ਹਦਾ, ਹੈ ਨਾ ਵੀ ਜਾ ਪੜ੍ਹਨਾ ਅੱਗੇ ਮੇਰੇ, ਮੈਂ ਤਾਂ ਹਟਨ ਨੂੰ ਫਿਰਦਾ ਯਾਰ, ਦੋ ਤਿੰਨ ਮੈਡਮਾਂ ਨੇ ਤੁਹਾਨੂੰ ਪਤਾ ਹੀ ਆ ਹੈ ਨਾ ਹੁੰਦੀਆਂ ਨੇ ਹਰ ਸਕੂਲ 'ਚ, ਅਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਹੁਣ। ਅਤੇ ਹਾਂਜੀ ਮਿੱਤਰੋ, ਹੁਣ ਆਪਾਂ ਆਏ ਹਾਂ ਮਰੇਕੋਟਲੇ, ਅਤੇ ਇੱਧਰ ਆਪਣੇ ਹੈ ਨਾ ਦੁਕਾਨ 'ਤੇ ਸਵੀਟਸ ਦੀ ਦੁਕਾਨ 'ਤੇ ਅਲੀ ਸਵੀਟਸ, ਅਤੇ ਆਹ ਬਾਈ ਦਾ ਕੁੜੀ ਭੈਣ ਦਾ ਵਿਆਹ ਹੈ ਨਾ, ਅਤੇ ਇੱਧਰ ਆਪਾਂ ਆਏ ਹਾਂ ਹੈ ਨਾ ਮਤਲਬ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ, ਅਤੇ ਉਹ ਖੜੀ ਆਪਣੀ ਗੱਡੀ ਉਹ ਹੁੰਦੀ ਆ ਬੈਕ, ਅਤੇ ਫਿਰ ਆਪਾਂ ਜਾਂਦੇ ਹਾਂ ਇੱਥੋਂ ਮਿੱਤਰੋ। ਅਤੇ ਆਪਾਂ ਪ੍ਰਦੀਪ ਵੀਰੇ ਨੂੰ ਮਿਲੇ ਹਾਂ ਹੈ ਨਾ ਹੁਣ, ਅਤੇ ਆਹ ਮਿਲਖਾ ਵੀਰਾ ਹੈ ਨਾ ਤੁਸੀਂ ਦੇਖ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਬਾਈ ਦਾ ਬਲੌਗ, ਕੀ ਨਾਮ ਆ ਬਾਈ ਦਾ ਬਲੌਗ? ਓਜਲਾ ਅੰਡਰਸਕੋਰ ਬਲੌਗਸ। ਅਤੇ ਬਾਈ ਦੇ ਚੈਨਲ ਨੂੰ ਜ਼ਰੂਰ ਜਾ ਕੇ ਸਬਸਕ੍ਰਾਈਬ ਕਰਿਓ, ਅਤੇ ਬਹੁਤ ਵਧੀਆ, ਬਾਕੀ ਸ਼ਾਇਦ ਬਣਾਊਗਾ ਹਜੇ ਤੱਕ ਦੇਖੇ ਤਾਂ ਹੈ ਵੀਡੀਓ, ਪਰ ਮੈਂ ਜਾ ਕੇ ਦੇਖੂੰਗਾ ਜ਼ਰੂਰ। ਓਕੇ ਬਲੌਗ 'ਚ ਅਤੇ ਮਤਲਬ ਵੀਰੇ ਦਾ ਸੁਭਾਅ ਬਹੁਤ ਵਧੀਆ, ਐ ਨਹੀਂ ਹੈ ਨਾ ਵੀ ਕੋਈ ਕਮੀ ਪੇਸ਼ੀ, ਹੈ ਨਾ ਵੀ ਮੈਂ ਨਰਵਸ ਹਾਂ ਹਾਲੇ ਥੋੜ੍ਹਾ ਜਿਹਾ, ਕੋਈ ਨਾ ਹੋ ਜਾਂਦਾ, ਮੈਂ ਨਰਵਸ ਹਾਂ, ਮੈਂ ਬਣਾਉ ਮੈਂ ਨਰਵਸ ਹਾਂ, ਅਤੇ ਮਤਲਬ ਹੈ ਨਾ ਮੈਂ ਵੀ ਮੈਂ ਕਿਹਾ ਚੱਲ ਵੀ ਵੀਰੇ ਨੇ ਜਮ੍ਹਾਂ ਨਹੀਂ ਕਾਰਵਾਈ, ਵਧੀਆ ਬੰਦਾ ਸੀ ਹੈ ਨਾ ਕਹਿਣ ਘੈਂਟ, ਉਹ ਮੈਂ ਜਾਂਦਾ ਸੀਗਾ ਯਾਰ ਆਪਣੇ ਨਾ ਗਰੀਬ ਕੁੜੀ ਦਾ ਵਿਆਹ ਸੀਗਾ ਘਰ ਪਿੰਡ, ਅਤੇ ਨਾ ਉਹ ਫਿਰ ਅਸੀਂ ਵਿਆਹ ਵਿਊ ਕਰ ਦਿੰਦੇ ਆਪਣਾ ਕੰਮ ਵਧੀਆ, ਅਤੇ ਉਹ ਫਿਰ ਅਸੀਂ ਮਰੇਕੋਟ ਤੋਂ ਲੈ ਕੇ ਆਉਂਦੇ ਸੀਗੇ ਮਠਿਆਈ, ਤਾਂ ਮੈਂ ਡੈਡੀ ਨੂੰ ਕਿਹਾ, ਕਹਿੰਦਾ ਸੀਗਾ ਵੀ ਡੈਡੀ ਵੀ ਉਹ ਪ੍ਰਦੀਪ ਖੜਾ, ਅਤੇ ਡੈਡੀ ਕਹਿੰਦਾ ਜਾਂ ਭੱਜ ਗਏ ਉੱਥੋਂ ਗੱਡੀ ਰੋਕੀ। ਬਾਈ ਵੀ ਬਲੌਗ ਬਣਾਉਂਦਾ, ਬਾਈ ਦਾ ਚੈਨਲ ਕੀ ਆ? ਓਜਲਾ ਅੰਡਰਸਕੋਰ ਬਲੌਗਸ ਵੀਰੇ, ਬਾਈ ਦਾ ਬਲੌਗ ਚੈੱਕ ਕਰਿਓ ਆਪਾਂ ਵੀ ਬਲੌਗ ਜਾਵਾਂਗੇ। ਜੀ ਮਿੱਤਰੋ, ਹੁਣ ਤੁਸੀਂ ਦੇਖਿਆ ਆਪਾਂ ਪ੍ਰਦੀਪ ਬਾਈ ਨੂੰ ਮਿਲੇ ਪ੍ਰਦੀਪ ਬਲੌਗਸ ਨੂੰ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਮੇਰਾ ਸਕੂਲ ਜਿੱਥੇ ਮੈਂ ਪਹਿਲਾਂ ਹੁਣ ਪੜ੍ਹਦਾ ਵਾਂ, ਅਤੇ ਹੈ ਨਾ ਆਪਾਂ ਈਸੜੂ ਆ ਪਹੁੰਚ ਗਏ ਹਾਂ,
ਅਤੇ ਘਰੋਂ ਆਪਾਂ ਢਾਈ ਕੁ ਵਜੇ ਤੁਰੇ ਤੀ ਹੈ ਨਾ, ਢਾਈ ਵਜੇ ਤੁਰੇ ਤੀ ਅਤੇ ਚਾਰ ਵੱਜ ਗਏ ਨੇ, ਚਾਰ ਵਜੇ ਤੱਕ ਆਪਣਾ ਮਤਲਬ ਆਉਣ ਜਾਣ ਹੋ ਗਿਆ ਬਰੇਕ ਉੜਲੇ ਦਾ। ਅਤੇ ਆਹ ਸਵਾਗਤ ਸਵੀਟਸ ਦਿਖਾਉਂਦੇ ਹਾਂ, ਅਤੇ ਆਪਣੇ ਈਸੜੂ ਪਿੰਡ ਆ ਗਿਆ ਆਪਣਾ ਈਸੜੂ, ਅਤੇ ਅੱਗੇ ਆ ਸਕੂਲ ਆ ਈਸੜੂ ਬਣਾ, ਅਤੇ ਇੱਥੇ ਦੇ ਮਿੱਤਰ ਉਹਦੇ ਆ ਗਿਆ ਆਪਣਾ ਸਕੂਲ ਨਨਕਾਣਾ ਸਾਹਿਬ ਈਸੜੂ ਇਹ ਆ ਦੇ, ਅਤੇ ਆਹ ਆਪਣਾ ਸਕੂਲ ਆ ਬਾਬੇ। ਦੂਜੀ ਵਾਰ ਰੋੜੀ ਵੱਜੀ ਸ਼ੀਸ਼ੇ 'ਚ, ਪਹਿਲਾਂ ਆਹ ਦੇ ਆਹ ਰੋੜੀ ਵੱਜੀ ਸੀਗੀ ਇੱਥੇ ਆਹ, ਹੈ ਨਾ ਥੋੜ੍ਹਾ ਜਿਹਾ ਮਤਲਬ ਉੱਥੇ ਸ਼ਾਇਦ ਤੁਹਾਨੂੰ ਦਿਖ ਵੀ ਨਹੀਂ ਰਿਹਾ ਹੋਵੇ, ਆਹ ਭੁਰ ਗਿਆ ਥੋੜ੍ਹਾ ਜਿਹਾ। ਅਤੇ ਇੱਧਰ ਆਪਣੇ ਆਹ ਪਿੰਡ ਆ ਜਾਂਦਾ ਫੈਜਗੜ੍ਹ, ਅਤੇ ਸਾਹਮਣੇ ਜਾ ਕੇ ਪਹਿਲਾਂ ਫੈਜਗੜ੍ਹ, ਫਿਰ ਚਗੋਹੀ, ਫਿਰ ਕੜਾਹੀ, ਫਿਰ ਰਸੂਲੜਾ, ਇੱਧਰ ਨੂੰ ਵੀ ਜਾਂਦਾ ਮੇਰੇ ਪਿੰਡ ਨੂੰ ਰਾਹ। ਅਤੇ ਬਾਕੀ ਜੇ ਆਹ ਰੋਡ ਜਾਂਦੇ ਹਾਂ ਇੱਥੋਂ ਤਾਂ ਪਹਿਲਾਂ ਈਸੜੂ, ਈਸੜੂ ਤੋਂ ਬਾਅਦ ਆਪਣੇ ਆਹ ਰਾਜੇ ਵਾਲ ਰੋਣੋ, ਰੋਣੋ ਤੋਂ ਬਾਅਦ ਆਪਣੇ ਇੱਕ ਹੋਰ ਪਿੰਡ ਆਉਂਦਾ ਕੋਟਲਾ ਫੈਜਗੜ੍ਹ, ਫਿਰ ਕੋਟਲਾ ਢੱਕ, ਕੋਟਲੇ ਢੱਕ ਤੋਂ ਬਾਅਦ ਇੱਕ ਕੜਾਹਾ, ਫਿਰ ਨਾਲੇ ਰਤਨਪਾਲੋਂ ਆ ਜਾਂਦੀ ਆ, ਹੈ ਨਾ, ਅਤੇ ਉਸ ਤੋਂ ਬਾਅਦ ਰਸੂਲੜਾ ਆਉਂਦਾ, ਅਤੇ ਇੱਧਰੋਂ ਵੀ ਉੱਧਰੋਂ ਨੇੜੇ ਪੈਂਦਾ, ਅਤੇ ਆਹ ਰੋਡ ਮਤਲਬ ਇੱਧਰੋਂ ਦੂਰ ਪੈ ਜਾਂਦਾ, ਉੱਧਰੋਂ ਨੇੜੇ ਪੈਂਦਾ, ਨਾਲੇ ਉਹ ਰੋਡ ਵਧੀਆ। ਅਤੇ ਹੁਣ ਤੁਹਾਨੂੰ ਮਿਲਦੇ ਆ ਘਰੇ ਜਾ ਕੇ, ਅਤੇ ਘਰੇ ਜਾ ਕੇ ਬੰਨਦੇ ਆ ਪੱਗ ਪੁੱਗ, ਅਤੇ ਫਿਰ ਹੈ ਨਾ ਪੱਗ ਬੰਨਾਂਗੇ ਘਰੇ ਜਾ ਕੇ, ਫਿਰ ਤੁਸੀਂ ਸਾਡਾ ਜੇ ਤੁਹਾਨੂੰ ਬਲੋਗ ਇੰਜੋਏ ਕਰਦੇ ਹੋਵੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਈ। ਇੱਧਰ ਹੁਣ ਇੱਧਰ ਸਾਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਆ, ਅਤੇ ਬਾਈ ਨੇ ਨਾ ਟਰਾਲੇ ਦੇ ਪਿੱਛੇ ਲਿਖਾਇਆ ਹੋਇਆ, ਜਿਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ। ਵਧੀਆ ਗੱਲ ਲਿਖਾਈ ਆ, ਹੈ ਨਾ, ਵੀ ਜਿਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ, ਕਨੇਡਾ, ਸਾਰਾ ਕੁਝ ਆ। ਵੀ ਕਿਉਂਕਿ ਮਿਹਨਤ ਇੱਥੇ ਵੀ ਕਰਨੀ ਪੈਂਦੀ ਆ, ਮਿਹਨਤ ਉੱਥੇ ਵੀ ਕਰਨੀ ਪੈਂਦੀ ਆ। ਅਤੇ ਇੱਧਰ ਬਾਈ ਇੱਕ ਗੱਲ ਆ, ਇੱਧਰ ਕੰਮ ਦਾ ਮੁੱਲ ਨਹੀਂ ਹੈਗਾ, ਅਤੇ ਇੱਧਰ ਆਪਣੇ ਹੈ ਨਾ ਉੱਧਰ ਬਾਹਰ ਹਰ ਜਗ੍ਹਾ ਕੰਮ ਦਾ ਮੁੱਲ ਆ, ਚਾਹੇ ਕੋਈ ਕੁਕਿੰਗ ਕਰਦਾ, ਚਾਹੇ ਕੋਈ ਡਰਾਈਵਰੀ ਕਰਦਾ। ਇੱਧਰ ਦਾ ਜੇ ਡਰਾਈਵਰ ਆ, ਹੈ ਨਾ, ਉਦੋਂ ਗਲਤੀ ਹੋ ਜਾਵੇ ਉਹਨੂੰ ਥੱਲੇ ਲਾ ਕੇ ਥੱਲੇ ਥੱਪੜ ਮਾਰਨ ਲੱਗ ਜਾਂਦੇ ਨੇ। ਅਤੇ ਆਹ ਖੜੀਆਂ ਆਪਣੀਆਂ ਗੱਡੀਆਂ, ਜਾਂ ਟਰਾਂਸਪੋਰਟ ਆਪਣੀ ਉਹ ਜਿਹੜਾ ਟਰਾਂਸਪੋਰਟ ਬ੍ਰਦਰ ਟਰਾਂਸਪੋਰਟ, ਇੱਕ ਆਪਣੀ ਇੱਥੇ ਆ, ਇੱਕ ਸੌਂਟੀ ਆ, ਛੋਟੀ ਸੌਂਟੀ ਵਾਲੀ ਦੇਖੀ ਨਹੀਂ ਆਉਣੀ, ਜਿੱਦਣਾ ਛੁੱਟੀ ਜੀ ਹੋਈ ਆਪਾਂ ਸੌਂਟੀ ਵੀ ਜਾਵਾਂਗੇ। ਅਤੇ ਹੁਣ ਆਪਾਂ ਕਰਕੇ ਆਉਣ ਜਾਣ, ਆਪਾਂ ਆ ਗਏ ਆ ਪਿੰਡ, ਅਤੇ ਪਿੰਡ ਹੁਣ ਦਿਖਾਉਂਦੇ ਹਾਂ। ਰਸੂਲੜਾ ਅਤੇ ਮੈਂ ਤੁਹਾਨੂੰ ਆਪਣਾ ਘਰ ਦੱਸਦਾ, ਹੈ ਨਾ, ਵੀ ਜੇ ਕਿਸੇ ਨੇ ਆਉਣਾ ਹੋਵੇ ਤਾਂ ਮਤਲਬ ਆਹ ਆਪਾਂ ਮੁੜ ਗਏ ਹਾਂ ਪਿੰਡ, ਅਤੇ ਉਹ ਸਾਹਮਣੇ ਆ ਨਸ਼ਾ ਛੜਾਊ ਕੇਂਦਰ, ਸਾਹਮਣੇ ਐਨ ਉਹ ਨਸ਼ਾ ਛੜਾਊ ਕੇਂਦਰ ਆ, ਅਤੇ ਨਸ਼ਾ ਛੜਾਊ ਕੇਂਦਰ ਆ ਸਾਹਮਣੇ। ਅਤੇ ਤੁਹਾਨੂੰ ਆਪਾਂ ਨਸ਼ਾ ਛੜਾਊ ਕੇਂਦਰ ਨੂੰ ਕੇਂਦਰ ਤੋਂ ਮਤਲਬ ਲੈਫਟ ਸਾਈਡ ਖੱਬੇ ਪਾਸੇ ਜਿਹਨੂੰ ਕਹਿ ਦਿੰਦੇ ਹਾਂ, ਖੱਬੇ ਪਾਸੇ ਮੁੜ ਜਾਣਾ, ਅਤੇ ਖੱਬੇ ਪਾਸੇ ਮੁੜ ਕੇ ਤੁਹਾਨੂੰ ਦਿਖਾਈ ਦਿੰਦੇ ਆ ਹੈਗਾ ਮਤਲਬ, ਹੈ ਨਾ, ਨਸ਼ਾ ਛੜਾਊ ਕੇਂਦਰ, ਠੀਕ ਆ। ਅਤੇ ਇੱਥੋਂ ਆਪਾਂ ਮੁੜ ਜਾਣਾ, ਅਤੇ ਇੱਧਰੋਂ ਆਪਾਂ ਮੁੜ ਗਏ, ਅਤੇ ਆਹ ਦੋ ਸੜਕਾਂ ਜਾਂਦੀਆਂ ਨੇ, ਇੱਕ ਸਿੱਧੀ ਇੱਕ ਇੱਧਰ ਨੂੰ, ਆਪਾਂ ਆਹ ਮੁੜ ਜਾਣੀ ਆ ਪਹਿਲੀ ਉਹ ਜਿਹੜੀ, ਅਤੇ ਬਸ ਸੌਖਾ ਜਿਹੀ ਆ ਮਤਲਬ ਮੇਰੇ ਘਰ ਦਾ ਰਸਤਾ, ਇਹ ਪਹਿਲੇ ਅੱਡੇ ਤੋਂ ਆਉਂਦੇ ਹੋ ਤੁਸੀਂ, ਹੁਣ ਸਾਹਮਣੇ ਹੀ ਮਤਲਬ ਆਪਣਾ ਘਰ ਆ। ਅਤੇ ਹੁਣ ਤਾਂ ਫਿਲਹਾਲ ਸਾਹਮਣੇ ਟੈਂਟ ਲੱਗਿਆ ਹੋਇਆ, ਹਾਂ, ਅਤੇ ਇੱਧਰ ਆਪਣੇ ਸੁੱਖੂ ਬਾਈ ਹੋਣੀ, ਅਤੇ ਇੱਧਰ ਹੋ ਗਏ ਆ ਮਿੱਤਰੋ 60 ਬੰਦੇ ਹੋ ਗਏ, 60 ਹੈ।
ਇਕੱਠ ਹੋ ਗਿਆ ਏ, ਨਾਨਕਾ ਮੇਲ ਆ ਗਿਆ ਏ ਤੇ ਹੁਣ ਕੱਢਦੇ ਹਾਂ। ਤੇ ਹੁਣ ਆਪਾਂ ਕੱਢਦੇ ਹਾਂ ਇੱਧਰੋਂ, ਮਤਲਬ ਇੱਧਰ ਆਪਣਾ ਲਾਲਾ ਬਾਈ ਕਿਰਪਾ, ਤੇ ਇੱਧਰ ਆਪਾਂ ਮਠਿਆਈ ਕੱਢਦੇ ਹਾਂ ਜਿਹੜੀ ਆਪਾਂ ਰੱਖੀ ਸੀਗੀ। ਉਹ ਇਰਫਾਨ ਓਏ ਆ ਡੱਬੇ ਕਢਾ ਦੇ ਬਾਈ, ਠੀਕ ਆ ਜੀ, ਤੇ ਬਾਅਦ ਚੋਂ ਕਰਦੇ ਹਾਂ, ਬਸ ਬਾਅਦ ਚੋਂ ਹੀ ਕਰ ਦਾਂਗੇ। ਤੇ ਹਾਂਜੀ ਮਿੱਤਰੋ, ਅਤੇ ਹੁਣ ਆਪਾਂ ਹੁੰਦੇ ਹਾਂ ਤਿਆਰ ਸ਼ਿਆਰ, ਘਰ ਆਪਾਂ ਆ ਗਏ ਹਾਂ ਅਤੇ ਹੁਣ ਤਿਆਰ ਸ਼ਿਆਰ ਹੁੰਦੇ ਹਾਂ। ਅਤੇ ਬਾਈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ, ਹੈ ਨਾ। ਅਤੇ ਬਾਈ ਹੁਣ ਪ੍ਰਦੀਪ ਬਾਈ ਦਾ ਸੁਭਾਅ ਬਹੁਤ ਘੈਂਟ ਆ, ਸੱਚੀ ਗੱਲ ਆ। ਲੋਕਾਂ ਤੂੰ ਕਹਿਣਾ ਵੀ ਹੈ ਨਾ, ਤੂੰ ਆ ਇੱਕ ਗੱਲ ਵਾਰ ਵਾਰ ਕਹੀ ਜਾਣਾ ਨਹੀਂ ਬਾਈ, ਹੈ ਨਾ, ਵੀ ਜਿਵੇਂ ਇਹ ਕੀ ਯੂਟਿਊਬਰ ਹੁੰਦੇ ਨੇ, ਬਲੌਗਰ, ਹੈ ਨਾ, ਮੈਂ ਕਾਫੀ ਜਾਣੇ ਦੇਖੇ ਨੇ, ਅਤੇ ਪਰ ਆਪਾਂ ਨਾਮ ਕਾਹਨੂੰ ਲੈਣਾ, ਚੱਲ ਉਹਨਾਂ 'ਚ ਹੰਕਾਰ ਆ ਜਾਂਦਾ, ਪਰ ਇਹ 'ਚ ਇਹ ਜਮ੍ਹਾਂ 0% ਈਗੋ ਨਹੀਂ ਹੈਗੀ, ਹੈ ਨਾ। ਜਾਂ ਫਿਰ ਕਹਿੰਦੇ ਨੇ ਵੀ ਬੰਦੇ 'ਚ ਈਗੋ ਆ, ਜਮ੍ਹਾਂ ਈਗੋ ਨਹੀਂ ਹੈਗੀ ਬੰਦੇ 'ਚ। ਅਤੇ ਹੁਣ ਆਪਾਂ ਹੈ ਨਾ ਵੀ ਤਿਆਰ ਸ਼ਿਆਰ ਹੁੰਦੇ ਹਾਂ ਅਤੇ ਤੁਹਾਨੂੰ ਮਿਲਦੇ ਹਾਂ। ਹਾਂਜੀ ਮਿੱਤਰੋ, ਅਤੇ ਜਿਹੜੀ ਮੈਂ ਪੱਗ ਬੰਨੀ ਆ ਇਹ, ਹੈ ਨਾ, ਮੈਨੂੰ ਆਪ ਨੂੰ ਨਹੀਂ ਪਤਾ ਵੀ ਮੇਰੇ ਕਲੈਕਸ਼ਨ 'ਚ ਹੈਗੀ ਆ ਇਹ, ਅਤੇ ਮੈਂ ਮਤਲਬ ਮੈਂ ਕਹਿੰਦਾ ਸੀਗਾ ਵੀ ਮੈਂ ਪੱਗ ਗਾਂਹ ਰੰਗ ਦੀ ਲੈਣੀ ਹੈ, ਮੇਰੀ ਮੰਮਾ ਲਿਆ ਦਿੰਦੇ ਨੇ, ਹੈ ਨਾ, ਜਾਂ ਪਾਪਾ ਲਿਆ ਦਿੰਦੇ ਨੇ, ਜੇ ਨਾਨਕੇ ਮੈਨੂੰ ਨਾਨੀ ਉਹਨੀ ਪੁੱਛਦੇ ਨੇ ਵੀ ਤੂੰ ਕੀ ਲੈਣਾ, ਹੈ ਨਾ, ਮੈਂ ਕਹਿ ਦਿੰਦਾ ਵੀ ਮੈਂ ਪੱਗ ਲੈਣੀ ਆ, ਅਤੇ ਫਿਰ ਉਹ ਪੱਗ ਲਿਆ ਦਿੰਦੇ ਨੇ, ਅਤੇ ਮੈਨੂੰ ਮਤਲਬ ਵਧੀਆ ਦੇ, ਤੁਸੀਂ ਤੁਹਾਨੂੰ ਮੈਂ ਦਿਖਾਊਂਗਾ ਐਂਡ 'ਤੇ ਵੀ ਪੱਗ ਤੁਹਾਨੂੰ ਕਿੱਦਾਂ ਦੀ ਲੱਗਦੀ ਆ। ਅਤੇ ਹਾਂਜੀ ਮਿੱਤਰੋ, ਤੁਹਾਨੂੰ ਅੱਜ ਦਾ ਵਲੋਗ ਕਿਵੇਂ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਅਤੇ ਰਹੀ ਗੱਲ ਆਪਣੇ, ਹੈ ਨਾ, ਵੀ ਜਿਹੜੀ ਜਾਗੋ ਦੀਆਂ ਕਲਿੱਪਾਂ ਨੇ, ਜਾਗੋ ਦੀਆਂ ਕਲਿੱਪਾਂ ਆਪਾਂ ਕੱਲ੍ਹ ਨੂੰ ਸਵੇਰੇ ਜਿਹੜਾ ਵਲੋਗ ਆਊਗਾ ਉਹਦੇ ਵਿੱਚ ਅਪਲੋਡ ਕਰਾਂਗੇ, ਕਿਉਂਕਿ ਜੇ, ਹੈ ਨਾ, ਹੁਣ ਆਪਾਂ ਵਲੋਗ ਪਾਉਂਦੇ ਹਾਂ ਉਹ ਨਾਲ ਤਾਂ ਵਲੋਗ ਵੱਧ ਜਾਣਾ ਉਹਦੇ ਕਰਕੇ, ਹੈ ਨਾ, ਵੀ ਜਿਹੜੀ ਆ ਹੁਣ ਮੈਂ ਰਾਤ ਨੂੰ ਸ਼ੂਟ ਕਰਕੇ ਰੱਖ ਲੂੰ ਅਤੇ ਕੱਲ੍ਹ ਵਾਲੇ ਉਹ 'ਚ ਪਾ ਦੂੰਗਾ, ਅਤੇ ਜਦ ਤੱਕ ਇਹੀ ਮਤਲਬ ਇਹਨੂੰ ਹੀ ਕਰੋ, ਹੈ ਨਾ, ਮਤਲਬ ਇੰਜੋਏ ਕਰੋ ਵਲੋਗ ਨੂੰ। ਅਤੇ ਪਤਾ ਆਪਾਂ ਪ੍ਰਦੀਪ ਵੀਰੇ ਨੂੰ ਮਿਲੇ ਸੀ ਪ੍ਰਦੀਪ ਵਲੋਗ ਨੂੰ, ਅਤੇ ਤੁਹਾਨੂੰ ਕਿਵੇਂ ਲੱਗਿਆ, ਹੈ ਨਾ, ਜ਼ਰੂਰ ਦੱਸਿਓ। ਅਤੇ ਮਿਲਦਾ ਤੁਹਾਨੂੰ ਹੁਣ ਅਸੀਂ ਅਗਲੇ ਵਲੋਗ ਦੇ ਵਿੱਚ, ਅਤੇ ਅਗਲਾ ਵਲੋਗ ਕੱਲ੍ਹ ਨੂੰ ਹੀ ਆ ਜਾਣਾ, ਅਤੇ ਜਦ ਤੱਕ ਇਹਨੂੰ ਵੀ ਵੇਟ 'ਤੇ ਵਾਚ ਕਰੋ, ਅਤੇ ਤੁਹਾਨੂੰ ਮਿਲਦੇ ਹਾਂ ਅਸੀਂ ਅਗਲੇ ਵਲੋਗ ਦੇ ਵਿੱਚ। ਟਾਟਾ ਬਾਏ ਬਾਏ।